جنہیں میں کرے نہیں کیا تے کوئی نہ ہوئے کوئی چھندر جا تو سلندر نہ ہوئے سوڑے بھائی ہی بھائی بھائی دونے کی بیٹا ہے جی کیڑا بیٹا کڑیے مروڑ شہر ہے ہن پوچھنا بھی بابا گھر دی خاطر بھی گھر بنوں گا کہ نہیں بندا کرو کلے ہی آئے ہو سدو کا کتھے آ ویرا اچھا سامنے آ ہاں نو ہاں دے نانو نا ٹھیک ہے جیڑی گل ہوئی ਉਹਨੂੰ ਨਹੀਂ ਨੀ ਕਹਿਣਾ ਜਿਹੜੀ ਨਾ ਹੋਈ ਉਹਨੂੰ ਪਰਖ ਦੇ ਮੇਰੇ ਨੂੰ ਛੱਡ ਦੇ ਠੀਕ ਹੈ ਪੁੱਛਣਾ ਹੈ ਘਰ ਦੀ ਖਾਤਰ ਮੇਰਾ ਬਾਬਾ ਕਿੱਥੇ ਨੁਕਸ ਬਣਿਆ ਪਿਆ ਕੋਈ ਅੱਧੀ ਰੋਗਾ ਤਾਂ ਪਤਾ ਲੱਗੇ ਜਾਂ ਕਿਸੇ ਨੇ ਕੁਛ ਕਰਤਾ ਤਾਂ ਪਤਾ ਲੱਗੇ ਜਾਂ ਕੋਈ ਦੇ ਤਰਸ ਕੇ ਤਾਂ ਪਤਾ ਲੱਗੇ ਇੱਕ ਨਾਂ ਦੱਸਿਆ ਉਹ ਨਾਂ ਕੀ ਦਾ ਤੁਹਾਡੇ ਦਵਾਂ ਚੋਂ ਤੇਰਾ ਭੈਣੇ ਨਾਂ ਹੈ ਚਲੋ ਮੁੰਡੇ ਬੱਚੋ ਹੋਏ ਜਾਂ ਦਬਾਅ ਪੈਣਾ ਕਿਸੇ ਨੂੰ
ਆਸੀ ਨਾ ਅਗਲੇ ਨੇ ਤਾਂ ਵੇਖ ਲਿਆ ਹੁਣ ਧੰਨ ਸਹੀ ਹੈ ਹਰੀ ਹੋ ਬਾ
ਤਾਂ ਪਤਾ ਨਹੀਂ ਮੈਨੂੰ ਤਾਂ ਆਪਣੀ ਪਹਿਲੀ ਦੀ ਗੱਲ ਹੋਣ ਲੱਗੀ ਆ। ਅਗਲਿਆਂ ਨੇ ਵੇਖ ਲਿਆ ਇਹੋ ਜਿਹਾ ਸਟਿੱਕਰ ਲਾਇਆ ਕਹਿੰਦਾ ਬਾਬਾ ਮੁੜ ਕੇ ਪੈਰ ਲੱਗੇ ਨੂੰ 140% ਉੱਥੋਂ ਘਰ ਨੂੰ ਅੱਗ ਪਈ ਤੇ ਘਰ ਬਰੂਦ ਨੂੰ ਖਲਾਤਾ ਘਰ ਦਾ ਘਰ ਦੁਸ਼ਮਣ ਬਣ ਗਿਆ। ਬੋਲੋ ਕਹਿੰਦਾ ਬਾਬਾ ਐਸ ਬਾਣ ਪੜਤਾ ਸੀ ਬੋਲ ਹੈ ਆਹੀ ਗੱਲ ਸੀ ਨਾ ਇੱਥੋਂ ਚੱਕਰ ਬਣਾ ਜਿਹੜੇ ਪੈਰ ਨਹੀਂ ਲੱਗਦੇ ਇੱਥੇ ਮਾਈ ਭਾਗਣ ਸੌਖੀ ਵੀ ਸੀ ਚੱਕੇ ਬੰਦਾ ਪ੍ਰੇਤ ਤੇ ਮਾਈ ਕਾਲਕਾ ਇਹੋ ਜੀ ਉੱਥੋਂ ਮਗਰ ਲੱਗਿਆ ਛੁੱਟ ਲਈ ਇਹਨੂੰ ਤੇ ਹਜੇ ਤੱਕ ਖੈਰਾਂ ਵੀ ਛੁੱਟੇ ਪੁੱਤਰ ਦੋਵੇਂ ਚੰਗੇ ਬੜੇ ਲੱਗਦੇ ਆ ਤੇ ਸਰੀਰ ਰੂਹ ਨੂੰ ਖਾਲੀ ਹੋਇਆ ਪਿਆ। ਹੁਣ ਬਤਾਏ ਇੱਥੋਂ ਕਹਾਣੀ ਵਿਗੜ ਗਈ ਸੀ ਹੁਣ ਬੋਲੋ ਕਿਵੇਂ ਕਰਨਾ ਮੈਂ ਤਾਂ ਦੱਸੀ ਜਾਂਦਾ ਹੁਣ ਤੁਸੀਂ ਦੱਸੋ ਕਿ ਵਧੀਆ ਰੌਣਕ ਲੱਗੀ ਆ ਜੇ ਤੇਰਾ ਬਣ ਜੇ ਘਰ ਤੂੰ ਹੋ ਜਾ ਸੌਖੀ ਘਰ ਵੀ ਬਣ ਜੇ ਬਾਬੇ ਰਮਣੇ ਦੇ ਆਉਂਦੇ ਭੰਡਾਰੇ ਤੋਂ ਪਹਿਲਾਂ ਫੇਰ ਬੋਲ ਇਹ ਨੀ ਪਤਾ ਬਾਬਾ ਬਾਬੇ ਦਾ ਕੰਮ ਦਾ ਕੱਲ ਤੋਂ ਚੱਲ ਪਿਆ ਤੇ ਤੈਨੂੰ ਪਤਾ ਹੋਏ ਵੀ 6 ਮਹੀਨੇ ਫੇਰ ਤੇਰੇ ਤੇਰੇ ਭੰਡਾਰਾ ਤੈਨੂੰ ਪਤਾ ਵੀ 6 ਮਹੀਨੇ ਫੇਰ ਤੇਰੇ ਭੰਡਾਰਾ ਮਹੀਨੇ 3.5 ਪਏ ਆ ਜੇ ਤੂੰ ਬੁਲਾਉਂਦੇ ਤੇ ਫੇਰ ਆਉਣਾ ਜੇ ਤੂੰ ਆਉਂਦਾ ਘਰੇ ਬੈਠੀ ਹੋਈ ਤਾਂ ਮੈਂ 3.5 ਮਹੀਨੇ ਗਿਆ ਤੇ ਪਰ ਪਹਿਲਾਂ ਹੁਣ ਤੂੰ ਰਹਿੰਦਾ ਮਲੋਟ ਤੇ ਇਹ ਰਪਾਣੇ ਤੇ ਮਲੋਟ ਦਾ ਜਿਹੜਾ ਰਿਸ਼ਤਾ ਹੈ ਇਹ ਤੈਨੂੰ ਪੈ ਗਿਆ ਮਹਿੰਗਾ ਤੇ ਕਿਤੇ ਮੈਨੂੰ ਵੀ ਪੈ ਗਿਆ ਮਹਿੰਗਾ ਤੇ ਪਹਿਲਾਂ ਮੈਂ ਪਾਸੀ ਹੋ ਗਿਆ ਪਾਣੀ ਪਿਆ ਦੇ ਮੈਨੂੰ ਇਹ ਚੀਜ਼ਾਂ ਹੋ ਜਾਣ ਪਾਸੇ ਤੇ ਕਰਾਲੋ ਜੋ ਬਾਬੇ ਰਮਣੇ ਤੋਂ ਮੈਂ ਤਾਂ ਅੱਜ ਪੁੱਛਾ ਕੱਢਣ ਵਾਲਾ ਸਾਰੇ ਇਲਾਜ ਬਾਬੇ ਰਮਣੇ ਨੇ ਕਰਨੇ ਆ ਇਹ ਚੀਜ਼ਾਂ ਕਰਾਲੋ ਪੁੱਤ ਪਾਸੇ ਠੀਕ ਹੈ ਪਹਿਲਾਂ ਨਿੱਕਾ ਜਿਹਾ ਖਰਚਾ ਤੇ ਜਿੱਦੇ ਬਣ ਗਿਆ ਘਰ ਉਹਦੇ ਲਾਲ ਰੰਗ ਦੀ ਪੱਟ ਤੁਹਾਡੇ ਘਰੇ ਤੇ ਇੱਕ ਬਾਬੇ ਦਾ ਦੀਵਾਨ ਆਈ ਬੋਲੋ ਕਾ ਪੱਟ ਉੱਤੇ ਚੜਦੀ ਆ ਤੁਹਾਡੇ ਮੈਂ ਕਿਹਾ ਮੰਨੋ ਨਹੀਂ ਆਪਾਂ ਡਰਨਾ ਤਾਂ ਵੀ ਕਿਤੇ ਆਪਣੇ ਘਰੇ ਨਾ ਆ ਜਾਣੇ ਨਹੀਂ ਤੁਹਾਡੇ ਘਰੇ ਮਤਲਬ ਮੱਥਾ ਟਿਕਾ ਕੇ ਲਿਆ ਕੇ ਬਾਬਾ ਕਾ ਕੁਛ ਕਰਦੇ ਫਿਰ ਤਾਂ ਕੋਈ ਡਰ ਨਹੀਂ ਇਹ ਮਾਈ ਭਾਗਣਾ ਇਹ ਬੰਦੇ ਖਾ ਜਾਂਦੀ ਤੂੰ ਪੱਠ ਨੂੰ ਆਖੀ ਜਾਂਦਾ ਜਿਹੜਾ ਬੰਦਾ ਤੇਰੇ ਸਾਹਮਣੇ ਖੜਾ ਵੀ ਜਮਾਂ ਵੈਸ਼ਨੂੰ ਹੈ ਪਰ ਰੌਲਾ ਕੇ ਦੇਵ ਤੇਰੇ ਚੀਜ਼ ਲੈਣੀ ਅਗਲਿਆਂ ਨੇ ਚੀਜ਼ ਖਵਾ ਕੇ ਤੋਰੀ ਆ ਐਵੇਂ ਨਹੀਂ ਘਰ ਉੱਜੜਦੇ ਐਵੇਂ ਨਹੀਂ ਕਰਾਇਆ ਤੇ ਰੋਲਦਾ ਬੰਦਾ ਗੁੱਸਾ ਨਾ ਕਰੋ ਬੱਤੋਏ ਆ ਗਈ ਸਮਝ ਗੱਲ ਐਵੇਂ ਨਹੀਂ ਬੰਦਾ ਕਿਰਾਇਆ ਤੇ ਰੋਲਦਾ ਪੱਟ ਚੱਲ ਤੁਸੀਂ ਚਾਹੁੰਦੀ ਦੇ ਦਿਓ ਬਾਬਾ ਜਾਣੇ ਬਾਬੇ ਦਾ ਜਾਣੇ ਕੰਮ ਚਾਹੁੰਦੀ ਪਰਸੋਂ ਦੇ ਦੋਗੇ ਤੇ ਇੱਕ ਬਾਬੇ ਦਾ ਦੀਵਾਨ ਲਾਉਣਾ ਉੱਤੇ ਜਿੱਦੇ ਤੁਹਾਡਾ ਆਪਦਾ ਬਣ ਜਾਏ ਘਰ ਮਹੀਨੇ 3.5 ਤੇ ਉਦੋਂ ਪਹਿਲਾਂ ਜਿਹੜੀਆਂ ਚੀਜ਼ਾਂ ਆਈਆਂ ਉਹਨੂੰ ਪਾਸੇ ਕਰਾ ਲਓਗੇ ਬੋਲੋ ਰਿਸ਼ਤੇਦਾਰ ਨਹੀਂ ਸਮਝਣਾ ਬਾਬਾ ਸਮਝਣਾ ਕਰਵਾ ਲਓਗੇ ਪਾਸੇ ਕੀ ਗੱਲ ਹੈ ਲਾ ਦਿਆ ਪਹਿਲਾਂ ਮੈਂ ਹਰਿਓ ਲਾ ਦਈਏ ਪਹਿਲਾਂ ਲਾਓ ਮੁੰਡਾ ਪਰ ਬਾਬਾ ਤੇਰਾ ਕਰਦੇ 5000 ਚ ਬਾਬਾ ਕਰਦੇ 50000 ਚ ਉਹ ਟੈਨਸ਼ਨ ਬਾਬੇ ਦੀ
ਠੀਕ ਹੈ ਉਹ ਗੱਲ ਕਰ ਲੈ ਬਾਬੇ ਰਵੜੇ ਨਾਲ ਤੇ ਇੱਕ ਵਾਰੀ ਜਿਹੜਾ ਕੰਮ ਕਰਨਾ ਉਹਦੀ 100 ਰੁਪਏ ਸਾਈ ਫੜਾ ਦੇ ਇਸ ਮੁੰਡੇ ਨੂੰ ਹੁਣੇ ਬੜਾ ਉਪਰ ਤੇ ਕਰਤਾ ਸਾਡੇ 3 ਮਹੀਨੇ ਚ ਬਣ ਗਿਆ ਜਿਹਨੂੰ ਕਾਲੀ ਕਾਲੀ ਨਾਲ ਗੱਲ ਕਰਦੀ ਆ ਆ ਗਈ ਸਮਝ ਗੱਲ ਤੇ ਗੱਲ ਚੱਕਦਾ ਵੀ ਮੁੜ ਕੇ ਘਰ ਲਪਾਣੇ ਨਹੀਂ ਲੜਾ ਇਹ ਗੱਲ ਸਹੀ ਹੈ ਹੈ ਕਿਤੇ ਕਹਿੰਦੇ ਨੂੰ ਸਸਤਾ ਮਿਲਦਾ ਪਿੰਡ ਚ ਮੇਲਾ ਇਹ ਉੱਥੋਂ ਹੀ ਦਵਾਈ ਮਿਲੀ ਵੀ ਹੈ ਆ ਗਈ ਸਮਝ ਗੱਲ ਠੀਕ ਹੈ ਆਹੀ ਪੁੱਛਣਾ ਸੀਗਾ ਪਹਿਲਾਂ ਚੇਲਿਆਂ ਕੋਲ ਪੁੱਛ ਗਿੱਛ ਹੋਈ ਹੈ ਹੈ ਕਿਸੇ ਨੇ ਆਹ ਗੱਲ ਦੱਸੀ ਅੱਜ ਤੱਕ ਨਹੀਂ ਦੱਸੀ ਨਾ ਤੈਨੂੰ ਹੱਲ ਨਹੀਂ ਹੋਇਆ ਠੀਕ ਹੈ ਇਹਦਾ ਕਰਾ ਲਓ ਭਾਈ ਹੱਲ ਬੇੜੇ ਪਾਰ ਨਾਲ ਦਾ ਮਾਰਾ ਸੀਦਾ ਤੇ ਹੁਣ ਥਾਂ ਵੇਖ ਕੇ ਬਹਿ ਜਾ ਆਪਾਂ ਲੋਕ ਬਣ ਕੇ ਤਾਪਤ ਲੱਗੇ ਜਾਂ ਕਿਸੇ ਨੇ ਕੁਛ ਕਰਤਾ ਤਾਪਤ ਲੱਗੇ ਜਾਂ ਕੋਈ ਦਿਲ ਤਰਸ ਕੇ ਤਾਪਤ ਲੱਗੇ ਇਹੀ ਗੱਲ ਮੇਰੀ ਭੈਣ ਹਾਂ ਨੂੰ ਹਾਂ ਦੇ ਨਾਂ ਨੂੰ ਨਾ ਜਿਹੜੀ ਗੱਲ ਹੋਈ ਹਾਂ ਉਹਨੂੰ ਹਾਂ ਜਿਹੜੀ ਨਾ ਹੋਈ ਚਪੇੜੇ ਨੂੰ ਮੇਰੇ ਨੂੰ ਛੱਡਦੀ ਕਿਹੜੇ ਪਿੰਡੋਂ ਆਈਆਂ ਹੋਈਆਂ ਪੱਕੀ ਗੱਲ ਉੱਚੀ ਬੋਲ ਜਮਾ ਖਰੀ ਗੱਲ ਹੈ ਝੂਠ ਮਾਰਦੀ ਹੈ ਜਮਾ ਝੂਠ ਮਾਰਦੀ ਹੈ ਸੋਚ ਕੇ ਵੇਖ ਕਿੱਥੋਂ ਆਈ ਆ ਪੱਕੀ ਗੱਲ ਹੈ ਕੁੜੀ ਨੇ 3 ਵਾਰੀ ਫਲੋਏ ਪਰ ਕਿਹਾ ਆਪਾਂ ਕਿਹਾ ਝੂਠ ਮਾਰਦੀ ਹੈ ਠੀਕ ਹੈ ਪਾਲੋ ਗੱਲ ਹੋਏ ਆਪਣਾ ਬਾਬਾ ਝੂਠ ਮਾਰਦਾ ਕੁੜੀ ਝੂਠ ਮਾਰਦੀ ਆਹ
ਕੀ ਗੱਲ ਆ ਭਾਈ ਸੋਚੀ ਕੀ ਜਾਂਦੀ ਆ ਤੂੰ ਸੋਚਣਾ ਤਾਂ ਮੈਂ ਅੰਜਨੇ ਗੱਲ ਦੱਸਣੀ ਮੇਰੇ ਗਲਤ ਨਾ ਹੋ ਜੇ ਮੇਰਾ ਨਾਟਕ ਰਾਜਾ ਜ਼ੋਰ ਲੱਗਿਆ ਪਿਆ ਤੂੰ ਹੋਰ ਕੁਝ ਸੋਚੀ ਜਾਂਦੀ ਆ ਬਾਬਾ ਕਹਿੰਦਾ ਦੋ ਵਿਆਹ ਹੋ ਗਏ ਤਾਂ ਦੋਵਾਂ 'ਚ ਸੁੱਖ ਨਹੀਂ ਮਿਲਿਆ ਬੋਲੋ ਹੈ ਜਿਹੜਾ ਪਹਿਲਾ ਵਿਆਹ ਸੀ ਉਹ ਘਰਦਿਆਂ ਦੀ ਮਰਜ਼ੀ ਦਾ ਸੀ ਬੋਲ ਹੈ ਤੇ ਦੂਜੀ ਲਵ ਮੈਰਿਜ ਸੀਗੀ ਹੈ ਹੁਣ ਲਵ ਉੱਠ ਗਿਆ ਕਹਿੰਦੀ ਮਰਜ਼ੀ ਹੈਗੀ ਜੇ ਮਰਜ਼ੀ ਗਈ खूह चलता ना कोई घर चलता कि तेन पेके चलते हम बोल ना सारे चलते बाबा कहना सारे घर तीन जी ओ जे है जेड़े कहते भी ये घरे वो नहीं देनी बोलो एक दो तीन क्या मैं तीन ही है दो जनानिया एक बंदा है झूठता नहीं मारती जेडे बंदे ना तू दूजा विआह कराया दी मर्जी ना देख मेरा तो छोटा भाई है मेरा दुश्मन नहीं हो पर ए बंदा मर्जी का मालिक है बोल ये हाथ का मतलब तेरे हो जाए भी सीधा काम तो होंदा नहीं पुछा मिंटो मिंट कर देना है बोल कुड़िए मैंने एक गल झूठ ना मारी बाबे दरबार च खड़े हैं जिम्मे सियाने कहते होंगे दो जने मौड़ा होंगे अड़िया फाना तीजे का कोई तेन शक वह भी सी कह देते तीजी जनानी सी है शरीरा भी लेके आता सी तू एवं लाभ अर्ज कर दी फिरती नहीं जानती तेन यह पता भी पीर कोटले वाला बल पाई बैठा तेरे नाल पहला किसी बाबे ने दसा भी की कहते माई कारखाना वाल है पूछा ही नहीं गा जे पुछ लेंदी बच जाती पीर मलेर कोटले का बल पै गया जदों बाबे कोटले का बल पैंदा पुत होए उदों एक चांस हुंदा बंदे का सब तो पहला बंदे की बदनामी हुंदी है बोल अपने रज के होगी बोल कुड़िए दूजे नंबर से जदों पीर मलेर कोटले का बल पैंदा उदो बंदे ते केस पैंदा केस पै गया कहो मुझे वो
ਨੂੰ ਕੇਸ ਪੈ ਗਿਆ ਪੱਤੋਏ ਉੱਚੀ ਬੋਲ ਮੇਰੀ ਧੀ ਮੇਰੇ ਨੂੰ ਹਾਂ ਕੇਸ ਪੈ ਗਿਆ ਕਹਿੰਦਾ ਬਾਬਾ ਇੱਕ ਗਾਣਾ ਜਾ ਆਇਆ ਸੀ ਪਿੱਛੇ ਜੇ ਭਾਈ ਸਾਹਿਬ ਨੇ ਸੁਣਿਆ ਹੋਣਾ ਹੱਕ ਲਾ ਭਾਈ ਧਿਆਨ ਦਿਓ ਇੱਕ ਪਿੱਛੇ ਜੇ ਗਾਣਾ ਆਇਆ ਸੀਗਾ ਉਹ ਕੀ ਕਹਿੰਦਾ ਸੀ ਉਹ ਕੇਸ ਪਿਆ ਚਿੱਟੇ ਦਾ ਹੈ ਮੁੜ ਪੜ ਕੇ ਕਿਹੜੀ ਨਸ਼ੇ ਦਾ ਹੀ ਸੀ ਹੈ ਖਾਓ ترجمة نانسي قنقر
ਤੇ ਹੁਣ ਮਨ ਇੱਕ ਹੋਰ ਹੋਇਆ ਪਿਆ ਤੇਰਾ ਮਨ ਕੀ ਹੋਇਆ ਪਿਆ ਦੇਖ ਤੇਰੇ ਮਨ ਦੀ ਆਪਸ ਨੇ ਭੈਣ ਭਰਾ ਵੀ ਮਨ ਇਹ ਹੋਇਆ ਪਿਆ ਵੀ ਇਹ ਦੂਜੇ ਵਿਆਹ ਵਾਲਾ ਵੀ ਛੱਡ ਦੇ ਤੂੰ ਹੁਣ ਵੀ ਇਸ ਬੰਦੇ ਤੋਂ ਵੀ ਫੇਰਾ ਛੁੱਟ ਜੇ ਤਾਂ ਫੇਰ ਰਹਿ ਤੈਨੂੰ ਗੱਲ ਹੈ ਹੁਣ ਸਾਰੀ ਉਮਰ ਵਿਆਹ ਤਾਂ ਨਹੀਂ ਕਰਾਈ ਜਾਣੀ ਪੁੱਤ ਜੇ ਇਹ ਬੰਦਾ ਸੁਧਰ ਜੇ ਫੇਰ ਕਿ ਨਹੀਂ ਜਨਾਨੀ ਕਾਲੀ ਮਾਤਾ ਲੋਕਾਂ ਦੇ ਤਲਾਕ ਕਰਨ ਦੀ ਫਰਜ਼ੀ ਬਣਾ ਦੱਸੂਗਾ ਆਪਾਂ ਤੇਰੇ ਘਰੇ ਤਾਂ ਨਹੀਂ ਗਏ ਨਾ ਗੱਲ ਇਹ ਹੈ ਵੀ ਤੇਰਾ ਬੰਦਾ ਇਸ ਟਾਈਮ ਜੇਲ੍ਹ ਚ ਹੈ ਆ ਗਿਆ ਯਾਤਰਾ ਕਰਿਆ ਨਾਨਕਿਆਂ ਦੀ ਇਹ ਵੀ ਹੁਣ ਉਹ ਜਨਾਨੀ ਜੇਲ੍ਹ ਲੈ ਜੇ ਮਗਰੋਂ ਫੇਰ ਇਹਦੇ ਨਾਲ ਰਹਿ ਪਏਗੀ ਕਿ ਫੇਰ ਵੀ ਨਹੀਂ ਲੈਣਾ ਮੇਰੇ ਬੁਰੇ ਘਰ ਸੁਣਾਉਂਦੀ ਭਾਈ ਤੂੰ ਦੱਸ ਮੈਂ ਤਾਂ ਕੁਛ ਨਹੀਂ ਕੀਤਾ ਨਹੀਂ ਲੈਣਾ ਲਾ ਦੇ ਮਗਰੋਂ ਜੇ ਇਹ ਜਨਾਨੀ ਮਗਰੋਂ ਲੈ ਜਾ ਜਿਹਨੂੰ ਤੂੰ ਸਿਆਣੀ ਕਹਿੰਦੀ ਮੈਂ ਤਾਂ ਸਿਆਣੀ ਮੰਨ ਲੈਂਦੀ ਤੇ ਕਿਹਦਾ ਘਰ ਪੱਟੀ ਜਾਂਦੀ ਆ ਇਹਦੇ ਨਾਲ ਵੱਡੀ ਕਮਲੀ ਹੈ ਹੀ ਕੋਈ ਨਹੀਂ ਕਿਉਂ ਭਾਈ ਸੰਗ ਤੇ ਜਿਹੜੀ ਕਿਸੇ ਦਾ ਘਰ ਪੱਟੀ ਜਾਂਦੀ ਵਿਆਹੇ ਵਾਲੇ ਬੰਦੇ ਰੱਖੀ ਬੈਠੀ ਉਹ ਸਿਆਣੀ ਹੈ ਉਹਦਾ ਗੰਦ ਆ ਜ਼ਮਾਨੇ ਦਾ ਜੇ ਇਹ ਲੈ ਜੇ ਮਗਰੋਂ ਤੇਰਾ ਬੰਦਾ ਹੋ ਜਾ ਜਲੇਬੀ ਨੂੰ ਸਿੱਧਾ ਫੇਰ ਬੋਲ ਪੱਕੀ ਗੱਲ ਹੈ ਹੱਸ ਪੀ ਵਿਚਾਰੀ ਜਾਂਦੇ ਰਹੇ ਤੇਰੀ ਤਾੜੀ ਮਾਰੋ ਕੁੜੀ ਵਾਸਤੇ ਦੁਖੀ ਆ ਪਰ ਹੱਸ ਪੀ ਪਰ ਸਮਾਂ ਪਾ ਕੇ ਨਿਕਲੀ ਸੀ ਵੀ ਇਸ ਘਰੇ ਵੜਨਾ ਨੀ ਗੁਰੀਆ ਹਨਾ ਵੀ ਮਰਨਾ ਮਨਜ਼ੂਰ ਆ ਵੀ ਇਹ ਕੁੱਤੇ ਬੰਦੇ ਦੇ ਮੱਥੇ ਨੀ ਲੱਗਣਾ ਆਇਆ ਨੀ ਲੱਗਣਾ ਹਾਂ ਆਇਆ ਨੀ ਲੱਗਣਾ ਹੁਣ ਗੱਲ ਇਹ ਵੀ ਇਹ ਲੈ ਜੇ ਮਗਰੋਂ ਤੇਰਾ ਵਸ ਜਾ ਘਰ ਤੇ ਇੱਕ ਬੰਦੇ ਨੂੰ ਮਨਾ ਲੇਗੀ ਮਹਾਤਮਾ ਗਾਂਧੀ ਨੂੰ ਤੇ ਜਿੰਨੀ ਗਜਾ ਸੀ ਉਹਨੇ ਬੰਦਾ ਕੱਢ ਲਿਆਵਾਂਗੇ ਆਪਾਂ ਬੰਦਾ ਕੱਢ ਲਿਆਵਾਂਗੇ ਜੇ ਬੰਦਾ ਪੂਰਾ ਚਾਹੀਦਾ ਤਾਂ ਸੁੱਖ ਵੀ ਪੂਰੀ ਚਾਹੀਦੀ ਹੈ ਕਿ ਨਹੀਂ ਜੇ ਤੇਰੇ ਕੋਲ ਗਜਾ ਛੋਟੀ ਹੋਈ ਤਾਂ ਫਿਰ ਬੰਦਾ ਤਾਂ ਛੋਟਾ ਨਹੀਂ ਆ ਸਕਦਾ ਜੇ ਤੇਰਾ ਬਸ ਜੇ ਘਰ ਲੈ ਜੇ ਮਗਰੋਂ ਤੇ ਪੀਰ ਮਲੇਰਕੋਟ ਨੇ ਮੰਨ ਲੇਗੀ ਬੋਲ ਪੱਕੀ ਗੱਲ ਫਿਰ ਕਿਆ ਫਿਰ ਕਿਆ ਫਿਰ ਕਿਆ ਠੀਕ ਆ ਕੁਛ ਰੋਸ ਕੇ ਸਾਹਮਣੇ ਹੋਤੇ ਹੋਏ
ਇਹ ਕੁੜੀ ਆਈ ਹੈ ਤੇਰੇ ਦਰਬਾਰ ਤੇ ਆਈ ਹੈ ਦੁਖੀ ਹੋ ਕੇ ਪਹਿਲੀ ਵਾਰੀ ਆਇਆ ਬੱਤੇ ਦੇ ਘਰੇ ਮੁੰਡੇ ਦੇ ਦੂਜੀ ਵਾਰੀ ਆਇਆ ਇਹ ਕੁੜੀ ਦਾ ਕਰਨਾ ਕੰਮ ਨਰੋਲ ਪੀਰ ਮੇਰੇ ਕੋਟਲੇ ਦੀ ਸੁੱਖ ਲਾਉਣੀ ਆ ਤੂੰ ਲਾਉਣੀ ਆ ਸਵੇਰ 4:15 ਵਜੇ ਉੱਠ ਕੇ ਲਾਉਣੀ ਆ ਜੁਮੇ ਵਾਲੇ ਦਿਨ ਠੀਕ ਹੈ ਤੇ ਤੜਕੇ ਅਰਦਾਸ ਇਹ ਤੋਂ ਕਰਾ ਦੀ ਵੀ ਪੱਪੀ ਰਾ ਮੈਂ ਤੈਨੂੰ ਮੰਨ ਲੂੰਗੀ ਇੱਕ ਤਾਂ ਉਹ ਭਾਈ ਤੇਰੀ ਫੋਟੋ ਇੱਕ ਤੇਰੇ ਘਰ ਵਾਲੇ ਦੀ ਫੋਟੋ ਇੱਕ ਉਹ ਤੀਜੇ ਫਾਨੇ ਦੀ ਫੋਟੋ ਹੈਗੀ ਆ ਫੋਟੋ ਤਾਂ ਸਾਰੇ ਪਿੰਡ ਦੇ ਵਿੱਚ ਫਿਰਦੀ ਆ ਤਿੰਨਾਂ ਦੀ ਫੋਟੋ ਮੁੰਡੇ ਨੂੰ ਫੜਾ ਦੇ ਠੀਕ ਹੈ ਜੁਮੇ ਵਾਲੇ ਦਿਨ 4:15 ਵਜੇ ਉੱਠ ਕੇ ਪੀਰ ਮਲੇਰਕੋਟਲਾ ਦਾ ਪ੍ਰੋਪਰ ਸਾਰਾ ਸਮਾਨ ਬਣਾ ਕੇ ਸਮੇਤ ਚਾਦਰ ਆ ਗਈ ਸਮਝ ਗੱਲ ਅਰਦਾਸ ਬੇਨਤੀ ਕਰਦੀ ਤੇ ਕੁੜੀਏ ਘੰਟੇ ਗੱਲਣੀ ਇੱਕ ਹਫ਼ਤਾ ਪੈਂਦਾ ਨੀ ਤੇਰੇ ਬੰਦਾ ਤੈਨੂੰ ਆਪ ਫੂੜਾ ਮੈਂ ਛੱਡਦਾ ਤੈਨੂੰ ਤੇ ਜਿੱਦੇ ਜਾਵਣੀ ਉਸ ਘਰੇ ਫੇਰ ਨਾ ਕਦੀ ਮੇਰੇ ਸਹੁਰੇ ਪੀਰ ਨੂੰ ਮੰਨਦੇ ਨੀ ਤੇ ਜਾਏਂਗੇ 90 ਦੀ ਸਪੀਡ ਤੇ ਆਏਂਗੇ 120 ਦੀ ਸਪੀਡ ਤੇ ਉਧਰੋਂ ਜੇ ਮੁੱਕਰ ਗਈ ਤਾਂ ਮੇਰੀ ਗੱਲ ਤੇਰੇ ਨਾਲ ਹੋਈ ਜਾਂਦੀ ਮੈਂ ਘਰ ਵਾਲੇ ਨੂੰ ਨਹੀਂ ਆਉਂਦਾ ਸਾਲ ਚੱਕਰ ਬਾਬੇ ਤੇ ਜਾਣਾ ਵੀ ਪਊਗਾ ਜਾਵੜਿਆ ਕਰੇਂਗੀ ਜਿਹੜੇ ਕਦੇ ਨਹੀਂ ਜਾਣਾ ਫਿਰ ਗੱਪ ਮਾਰ ਕੇ ਜਾਵੜਿਆ ਕਰੇਂਗੀ ਹਾਂ ਜੇ ਤੂੰ ਕਹਿੰਦੀ ਹਾਂ ਮੈਂ ਕਹਿੰਦਾ ਬਹਿ ਜਾ ਗੱਪ ਮਾਰ ਕੇ ਬਾਬੇ ਤੇ ਚਮਕੀ ਭਰੀ ਦੀ ਨੀ ਗੱਲ ਇਹ ਬਾਬਾ ਮਨਜ਼ੂਰ ਨਹੀਂ ਕਰਦਾ ਗੱਪ ਵਾਲਿਆਂ ਦੀ ਠੀਕ ਹੈ ਤੇਰਾ ਲੱਗ ਗਿਆ 500 ਤੇਰਾ ਲੱਗ ਗਿਆ 5000 ਮਨਾਸ ਬਾਬੇ ਨੇ ਗਜਾਸ ਤੇਰੀ ਮੈਨੂੰ ਕੁਛ ਨਹੀਂ ਚਾਹੀਦਾ ਠੀਕ ਹੈ ਜੁਮੇ ਵਾਲੇ ਦਿਨ ਭਾਵੇਂ ਆ ਜੀ ਭਾਵੇਂ ਬਾਬੇ ਨੂੰ ਫੋਟੋ ਦੇ ਦੀ ਆ ਕਰਦੇ ਕੰਮ ਹਫਤਾ ਇੱਕ ਪਊਗਾ ਕੁੜੀਏ ਤੇ ਤੂੰ ਦੂਜੇ ਹਫਤੇ ਆਪਦੇ ਘਰੇ ਤੇ ਤੀਜੇ ਹਫਤੇ ਨਾਲ ਜਾ ਕੇ ਚੌਂਕੀ ਭਰਾਏ ਬਾਬੇ ਦਾ ਨਰੋਲ ਪੀਰ ਮਲੇਰਕੋਟ ਦਾ ਸਮਾਨ ਲੈਣਾ ਹੋਰ ਕੋਈ ਦੇਵਤਾ ਨਾਲ ਐਂਟਰ ਨਹੀਂ ਹੋਣਾ ਚਾਹੀਦਾ ਮਾਈ ਦਸਾਣੀ ਤੋਂ ਬਿਨਾਂ ਕਿਤੇ ਕਹਿੰਦੇ ਸ਼ਾਮ ਤੋਂ ਐਂਟਰ ਕਰਦੇ ਨਾਲ ਫਿਰ ਨਹੀਂ ਕੰਮ ਹੋਣਾ ਠੀਕ ਹੈ ਭੈਣੇ ਕਿਤਰੇ ਪਿਛਲੇ ਸਹੁਰਿਆਂ ਦਾ ਜਿਹੜਾ ਤੇਰਾ ਗੇੜ ਖੇਡਦਾ ਸੀ ਨਾ ਤੇ ਉੱਥੋਂ ਚੱਕਰ ਚੱਲੇ ਹੀ ਆਉਂਦਾ ਸੀ ਹੈ ਇਹ ਜੇਲ ਛੜਾ ਸੀਗਾ ਹੈ ਹਾਂਜੀ ਧੰਨਵਾਦ ਉੱਥੇ ਚੱਕਰ ਬਣਿਆ ਵਾ ਸੀ ਬਾਕੀ ਸਮਝ ਗੱਲ ਇਹਦਾ ਕੁੜੀਆ ਭੈਣੇ ਕਰਾਲਾ ਹੱਲ ਕਰਨਾ ਇਸ ਬਾਬੇ ਨੇ ਕਰਾਲੀ ਆਪਦੀ ਗੁਜਾਇਸ਼ ਮੁਤਾਬਕ 9 ਨਹੀਂ 12 ਸਦਾ ਤੇ ਇੱਕ ਵਾਰੀ ਬਾਬਾ ਕਰਨਾ ਹੁਣ ਮੈਂ ਕੋਟ ਲੈ ਤੇਰੀ ਖਾਤਰ ਤੇ ਇਸ ਮੁੰਡੇ ਨੂੰ ਲੈ ਕੇ ਜਦੋਂ ਨਾਲ 100 ਰੁਪਇਆ ਨੂੰ ਫੜਾ ਕਰਾਇਆ ਤੇ ਮੈਂ ਜਮਾਂ ਕੋਟ ਲੈ ਇਸ ਮੁੰਡੇ ਨੂੰ ਦੱਸ ਆ ਰਹੀ ਕਰ ਮੁੰਡੇ ਦੀ ਖਾਤਰ ਪੁੱਛਣਾ ਹੋਵੇ ਕਿਸੇ ਨੇ ਬੱਚੇ ਦੀ ਖਾਤਰ ਪੁੱਛਣਾ ਹੋਵੇ ਕਿਸੇ ਨੇ ਬਾਈ ਆ ਜਾ ਵੀਰੇ